ਅਲਦ ਪੀ ਕੇ ਬੂਰੇਆਲਾ 327 ਕਾਰਪੁਆਇੰਟ ਦੇ ਹਵਾਲੇ ਨਾਲ ਉਹਨੇ ਇੱਕ ਵੀਡੀਓ ਬਣਾ ਕੇ ਪਾਈ ਆ ਕਿਆਸਫ ਪ੍ਰਿੰਸ ਦਾ ਕਬੂਤਰ 9 ਵਜੇ ਗਾਇਬ ਸੀ ਫਿਰ ਕਹਿੰਦਾ 11 ਵਜੇ ਗਾਇਬ ਸੀ ਫਿਰ ਕਹਿੰਦਾ 1 ਵਜੇ ਗਾਇਬ ਸੀ ਮਖਤਲਬ ਮਖਤਲਬ ਬਿਆਨ ਹੁਣ ਉਹਦਾ ਨਵਾਂ ਬਿਆਨ ਆਇਆ ਉਹ ਕਹਿੰਦਾ ਜੀ ਇਹਨਾਂ ਨੇ ਸ਼ਾਮ ਨੂੰ ਐਂਡ ਵਾਲੇ ਕਬੂਤਰਾਂ ਨਾਲ ਖੁਦ ਓਲਾ ਲਾ ਕੇ ਕਬੂਤਰਾਂ ਨੂੰ ਜਿਹੜਾ ਆਪਣੇ ਨੰਬਰਾਂ ਦੇ ਵਿੱਚ ਆਖਰੀ ਨੰਬਰਾਂ ਚ ਸ਼ਾਮਲ ਕੀਤਾ ਪਹਿਲੀ ਤੇ ਗੱਲ ਬੇਵਕੂਫਾ ਮੈਨੂੰ ਇਹ ਦੱਸ ਕਿ ਜਦੋਂ ਸਾਡਾ 9 ਵਜੇ ਕਬੂਤਰ ਨਹੀਂ ਨਜ਼ਰ ਆ ਰਿਹਾ ਇੰਡੀਆ ਦੇ ਵਿੱਚ ਅੱਧਾ ਘੰਟਾ ਟਾਈਮ ਲਾਂਦੇ ਨੇ ਪਾਕਿਸਤਾਨ ਦੇ ਵਿੱਚ 2 ਘੰਟੇ ਲਾ ਦਿੰਦੇ ਆ 2 ਘੰਟੇ ਬਾਅਦ ਤੂੰ ਸਾਡਾ ਕਬੂਤਰ ਕਿਉਂ ਨਹੀਂ ਕਟਿਆ ਦੂਸਰੇ ਜਿੰਨੇ ਵੀ ਸ਼ੌਕੀਨ ਹਜ਼ਰਤ ਸੇ ਉਹਨਾਂ ਦਾ ਹੱਕ ਤੂੰ ਕਿਉਂ ਮਾਰਿਆ ਰਾਈਟ ਗੱਲ ਸਮਝ ਆਂਦੀ ਹੈ ਨਾ ਫਿਰ ਹੁਣ ਤੂੰ ਕਹਿ ਰਿਹਾ ਵਾ ਕਿ ਸ਼ਾਮ ਨੂੰ ਜਿਹੜਾ ਇਹਨਾਂ ਦਾ ਆਪਣਾ 9 ਵਜੇ ਇਹਨਾਂ ਦਾ ਕਬੂਤਰ ਉੱਤੋਂ ਹੀ ਸ਼ਾਰਟ ਹੋ ਗਿਆ ਸੀ ਫਿਰ ਸਾਨੂੰ 12 ਵਜੇ ਤੱਕ ਤੂੰ ਉੱਥੇ ਬਿਠਾਈ ਰੱਖਿਆ ਸ਼ਾਮ ਨੂੰ ਰਿਸ਼ਤਾ ਦੇਣਾ ਸੀ ਸਾਨੂੰ ਕਿਉਂ ਬਿਠਾ ਕੇ ਰੱਖਿਆ ਤੂੰ ਨਾਂ ਇਨਸਾਫੀ ਕਿਉਂ ਕੀਤੀ ਸਭ ਤੋਂ ਬੜੀ ਗਲ ਪੁਆਇੰਟ ਛੋਟ ਵੀ ਨੋਟਡ ਸਾਰੇ ਸ਼ਿਕਾਰੀ ਕੇ 75 ਕਬੂਤਰ ਪੱਕੇ ਸੀ ਮਿੱਥੇ ਹੋਏ 6 ਮਹੀਨੇ ਪਹਿਲੇ ਦੇ ਇਹਨੇ 14 ਕਬੂਤਰ ਜ਼ਿਆਦਾ ਕਿਉਂ ਉੜਵਾਏ ਗਏ ਤੀਸਰਾ ਪੁਆਇੰਟ ਕਿ ਜਦੋਂ ਓਲੇ ਲੱਗ ਰਹੇ ਆ ਇਹ ਸਾਰੇ ਸ਼ਿਕਾਰੀਆਂ ਨੂੰ ਕਹਿੰਦਾ ਕਿ ਭਾਈ ਨਾਸ਼ਤਾ ਦਾ ਇੰਤਜ਼ਾਮ ਹੈ ਬਾਰੋਂ ਕਿਸੇ ਨੇ ਨਹੀਂ ਕਰਨਾ ਦੁਪਹਿਰ ਦੇ ਖਾਣੇ ਦਾ ਇੰਤਜ਼ਾਮ ਹੈ ਕਿਸੇ ਨੇ ਨਹੀਂ ਖਾਣਾ ਸ਼ੇਖ ਹੁਨੈਨ ਸਾਹਿਬ ਨੇ 50000 ਰੁਪਇਆ ਸਪਾਂਸਰਸ਼ਿਪ ਦਿੱਤੀ ਹੈ ਕਿ ਅੱਛਾ ਖਾਣਾ ਹੋਵੇ ਇਸ ਬੰਦੇ ਨੇ ਤੇ ਐਵੇਂ ਬੰਦੇ ਬਿਠਾਏ ਹੋਏ ਸੀ ਜਿਵੇਂ ਕੋ ਫੌਤ ਕੀਤੇ ਯਾਰ ਬਹੁਤ ਸਾਰੇ ਪੁਆਇੰਟ ਨੇ ਹੁਣ ਇਹ ਕਹਿੰਦਾ ਕਿ ਐਂਡ ਵਾਲੇ ਕਬੂਤਰਾਂ ਚ ਜਿਹੜਾ ਇਹਨੇ ਓਲਾ ਲਾਇਆ ਆਖਰੀ ਕਬੂਤਰਾਂ ਨਾਲ ਐਂਡ ਤੇ ਤਿੰਨ ਕਬੂਤਰ ਬਚੇ ਦੋ ਸ਼ਬਾਜ਼ ਡੋਗਰ ਸਾਹ ਦੇ ਇੱਕ ਸਾਡਾ ਇੱਕ ਡੱਬੀ ਡੱਬੀ ਕਬੂਤਰੀ ਬਹਿ ਗਈ ਸਾਡੇ ਵਾਲੀ ਕਬੂਤਰੀ ਨੇ ਗੋਲ ਚੱਕਰੀ ਮਾਰੀ ਐ ਬੰਦ ਹੋ ਗਈ ਐ ਠੀਕ ਐ ਸ਼ਬਾਜ਼ ਭਾਈ ਵੀ ਐਂਡ ਤੱਕ ਕਬੂਤਰ ਦੇਖਦਾ ਰਿਹਾ ਸ਼ਾਮ ਨੂੰ ਦੋ ਕਬੂਤਰ ਉੱਤੋਂ ਨਿਕਲੇ ਨੇ ਉਹ ਵੱਲਾ ਉਹਦੇ ਸਾਡੀ ਕਬੂਤਰੀ ਸੀ ਸ਼ਬਾਜ਼ ਭਾਈ ਦੀ ਸੀ ਉਹ ਬੈਠੇ ਨਹੀਂ ਹੈਗੇ ਬਿਹਾਰ ਜਿੱਤ ਦਾ ਸਾਡਾ ਤੇ ਤਕਾਜ਼ਾ ਹੀ ਨਹੀਂ ਹੈਗਾ ਕਿ ਸਾਨੂੰ ਜਿਹੜਾ ਆਪਣਾ ਗੱਡੀ ਦਿੱਤੀ ਜਾਂਦੀ ਈਦਾ ਕਬੂਤਰ 12:58 ਮਿੰਟ ਤੇ ਬੈਠ ਗਿਆ ਸੀ ਤੇ ਉਹਨੂੰ ਜਿੱਤ ਗਏ ਸੀ। ਦੂਸਰੀ ਗੱਲ ਐਂਡ ਵਾਲੇ ਕਬੂਤਰਾਂ 'ਚ ਸਾਡਾ ਫਿਰਦਾ ਸੀ। ਹਸਾਲਸੀਆਂ ਨੇ ਕਿਹਾ ਤੁਸੀਂ ਵੀਡੀਓ ਵੀ ਦੇਖੀ ਐ ਔਰ ਹੁਣ ਵੀ ਬੂਰੇ ਵਾਲੇ ਤੇ ਜਿੰਨੇ ਵੀ ਆਪਣਾ ਜਿਹੜੇ ਨੇ ਹਸਾਲਸ ਨੇ ਉਹਨਾਂ ਨੂੰ ਪੁੱਛ ਲਓ ਕਹਿੰਦੇ ਅਸਫ ਬਾਈ ਤੁਹਾਡਾ 4 ਵਜੇ ਤੱਕ ਫਿਰਦਾ ਰਿਹਾ। ਇਸੇ ਹਿਸਾਬ ਨਾਲ ਤੇ ਅਸੀਂ ਇਹਦੇ ਕੋਲੋਂ ਜਿੱਤ ਗਏ ਆ। ਜ਼ਿਆਦਾ ਤੋਂ ਜ਼ਿਆਦਾ ਦੋਸਤੋ ਮੇਰੀ ਵੀਡੀਓ ਸ਼ੇਅਰ ਕਰੋ ਔਰ ਇਹ ਹਰ ਗੱਲ ਨਾਲ ਕਸਮ ਚੱਕਦਾ। ਠੀਕ ਐ ਕਸਮ ਚੱਕਣ ਵਾਲਾ ਝੂਠਾ ਹੁੰਦਾ ਖਾਲਦ ਪੀ ਕੇ ਨੂੰ ਬਿਲਕੁਲ ਬੇਨਕਾਬ ਇਨਸ਼ਾ ਅੱਲਾ ਮੈਂ ਕਰਕੇ ਛੱਡਣਾ ਹੈ ਇਹ 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 ਜਿਹੜਾ ਆਣ ਵਾਲੀਆਂ ਨਸਲਾਂ ਨੂੰ ਵੀ ਦੱਸੇਗਾ ਕਿ ਕਿਸੇ ਨੂੰ ਘਰ ਬੁਲਾ ਕੇ ਕਿਵੇਂ ਜ਼ਲੀਲ ਕਰੀਦਾ ਇਹਨੂੰ ਕਹੇ ਕਸਮ ਖਾਵੇ ਆਪਣੇ ਬੇਟੇ ਦੀ ਜਾਂ ਮਸਜਿਦ ਚ ਵੜ ਕੇ ਕਿ ਇਹਨੇ ਸਾਨੂੰ ਪਾਣੀ ਤੱਕ ਵੀ ਪੁੱਛਿਆ ਅਸੀਂ ਦੇ ਮਹਿਮਾਨ ਸੀ ਨੇ ਚੈਲੰਜ ਕਰਕੇ ਸਾਨੂੰ ਸਦਿਆ ਸੀ ਤੇ ਬਿਲਕੁਲ ਇਸ ਬੰਦੇ ਦਾ ਬਾਈਕਾਟ ਕਰਾਂਗੇ ਅਸੀਂ ਅਲਹਮਦੁਲਿਲਾ ਸੀ ਸ਼ਿਕਾਰੀਆਂ ਔਰ ਅੱਛਾ ਸ਼ੌਕ ਕਰਨ ਵਾਲੇ ਆ ਇਹ ਕਿਉਂ ਇਜ਼ਜ਼ਤੀ ਕੀਤੀ ਇਸਨੇ ਸਾਡੇ ਸਾਡੇ ਨਾਮ ਤੋਂ ਜਲਦਾ ਇਹ ਇਹ ਅੱਲਾ ਨੇ ਇੱਜ਼ਤ ਦਿੱਤੀ ਹੈ ਤੇ ਤੂੰ ਖੁਦ ਭੁੱਖਾ ਸੀ ਇੱਜ਼ਤ ਸ਼ੋਹਰਤ ਦਾ ਜਿਹੜਾ ਬੰਦਾ ਇੱਜ਼ਤ ਸ਼ੌਹਰਤ ਦਾ ਭੁੱਖਾ ਹੁੰਦਾ ਉਹ ਪਿੱਛੇ ਭੱਜਦਾ ਕਿ ਮੈਨੂੰ ਇੱਜ਼ਤ ਦੇਵੇ ਇਹ ਇੱਜ਼ਤ ਕਰਾਂਦਾ ਕਰਾਂਦਾ ਜ਼ਲਾਲਤ ਆਪਣੇ ਗਾਲ ਪਾ ਲੈਂਦਾ ਔਰ ਤੂੰ ਪਾਈ ਐ ਸਾਰਾ ਬੂਰੇ ਵਾਲਾ ਥੂ-ਥੂ ਕਰਦਾ ਐ ਪੂਰੀ ਦੁਨੀਆ ਪੂਰਾ ਪਾਕਿਸਤਾਨ ਤੇਰੇ ਤੇ ਥੂ-ਥੂ ਕਰਦਾ ਐ ਔਰ ਇਹ ਚੀਜ਼ਾਂ ਤੂੰ ਸੁਣ ਲਈਆਂ ਨੇ